ਸੂਰਨੇ ਸੀ ਸਵਾਇ ਸਲਾਮ ਤੋਂ ਕੁਝ ਤੋਂ ਨਬੀ ਬਣਾ ਕਰਦਾ ਸੀ ਉਥੋਂ ਅਲੀ ਵੀ ਬਣਾ ਕਰਦਾ ਸੀ ਇਸ ਬੁਨਿਆਦ ਤੇ ਅਲੀ ਨੂੰ ਮਸਜਿਦ ਤੇ ਸ਼ਹੀਦ ਕੀਤਾ ਗਿਆ 21 ਰਮਜ਼ਾਨ ਨੂੰ ਆਖਰੀ ਵੇਲਾ ਸੀ ਇੱਥੇ ਆ ਗਿਆ ਕਾਇਨਾਤ ਤੋਂ ਬਹੁਤੇ ਦਾਇਕ ਪੁੱਤਰ ਸਾਹਮਣੇ ਹੋ ਗਿਆ ਤੇਰੇ ਅੱਬਾ ਇਹੋ ਜਿਹਾ ਪੁੱਤਰ ਛੱਡ ਕੇ ਪਿਓਰ ਹੋ ਦਿੰਦੇ ਹਜ਼ਰਤ ਅਲੀ ਫਰਮਾਉਂਦੇ ਨੇ ਮੇਰਾ ਸਾਹਮਣਾ ਕੱਤ ਅਨ ਸੋਚਣਾ ਕਿ ਮੈਂ ਮੌਤ ਤੇ ਡਰ ਕਰਦਾ ਫਰਮਾਇਆ ਵਜਾ ਫਰਮਾਇਆ ਉਹਨਾਂ ਸਾਹਮਣੇ ਤਕਵਾ ਜਿਹੜਾ ਨਬੀ ਦਿੱਤਾ ਸੀ ਉਹਦੀ ਫਿਕਰ ਕਰਦੀ ਹਜ਼ਰਤ ਇਮਾਮ ਹੁਸੈਨ ਨੇ ਫਰਮਾਇਆ ਤੇਰੇ ਪੁੱਤਰ ਜਦੋਂ ਤੱਕ ਜ਼ਿੰਦਾ ਨਾ ਜਦੋਂ ਤੱਕ ਜ਼ਿੰਦਾ ਇਸ ਨਿਜ਼ਾਮ ਨੂੰ ਕੁਝ ਵੀ ਨਾ ਹੋਵੇਗਾ ਜਦੋਂ ਤੱਕ ਜ਼ਿੰਦਾ ਅਜੇ ਤੱਕ ਦਾ ਲਫ਼ਜ਼ ਸ਼ਬੀਰ ਦੇ ਮੂੰਹ ਚੋਂ ਮੁੱਕਾ ਨਹੀਂ ਪਰ ਬੱਚੋ ਆਵਾਜ਼ ਦੀ ਜਦੋਂ ਤੱਕ ਵੀਰ ਸਿੱਧਾ ਨੇ ਇਹ ਬਾਹਰ ਲੈਣਗੇ ਜਦੋਂ ਮੇਰੇ ਵੀਰ ਦੁਨੀਆਂ ਛੱਡ ਗਿਆ ਤੇਰੀਆਂ ਧੀਆਂ ਮਾਂ ਮਾਂ ਮੈਂ ਸ਼ਾਮ ਤੋਂ ਉਦੋਂ ਕਰਦਾ ਕਿ ਜਦੋਂ ਬੰਦੇ ਮੰਨ ਗਿਆ ਮਾਂ ਮਾਂ ਹੁੰਦੀ ਹੈ ਭੈਣ ਭੈਣ ਹੁੰਦੀ ਹੈ ਧੀ ਧੀ ਹੁੰਦੀ ਹੈ ਮੈਂ ਨਿਜ਼ਾਮ ਤਕਵਾ ਨੂੰ ਕਾਇਮ ਕਰਕੇ ਆਵਾਂਗਾ ਇਹ ਯਕੀਨ ਕਰਨਾ ਕਿ ਚਾਹੁੰਦਾ ਸੀ ਜਿਹੜਾ ਇਮਾਮ ਸਾਹਿਬ ਨੇ ਇੰਨਾ ਸਾਰੇ ਨੁਕਸਾਨ ਉਠਾਇਆ ਨਿਜ਼ਾਮ ਤਕਵਾ ਨੂੰ ਬਰਬਾਦ ਕਰਨਾ ਚਾਹੁੰਦਾ ਸੀ ਫੁੱਫੀ ਤੋਂ ਅੱਲਾ ਨੇ ਰੁਕਿਆ ਸੀ ਨਿਕਲਾ ਜਾ ਰਿਹਾ ਇਸ ਫੁੱਫੀ ਤੇ ਨਜ਼ਰ ਰੱਖੀ ਹਾਫਜ਼ਾ ਨੇ ਕੁਰਾਨ ਨੂੰ ਪੈਦ ਲਈ ਲੱਗਾ ਸੀ ਇਹ ਸਭ ਵਿੱਚ ਬਿਲ ਪਾਸ ਖਾਂ ਇਸ ਸਾਦਾ ਹੈ ਇਖਲਾਕ ਦੇ ਖਿਲਾਫ ਇਸ ਨਿਜ਼ਾਮ ਤਕਵਾ ਦੇ ਖਿਲਾਫ ਸ਼ਬੀਰ ਮਦੀਨੇ ਉੱਠ ਕੇ ਆਖਿਆ ਤੂੰ ਬੇਵਕੂਫ ਹੈ ਤੇਰੇ ਕੋਲ ਹਾਫਜ਼ੇ ਕੁਰਾਨ ਨੇ ਮੇਰੇ ਕੋਲ ਮੁਹਾਫਜ਼ੇ ਕੁਰਾਨ ਤੇਰੇ ਕੋਲ ਉਹ ਨੇ ਜਿਹੜੇ ਆਪ ਨਹੀਂ ਰੁਕੇ ਮੇਰੇ ਕੋਲ ਉਹ ਨੇ ਜਿਹੜੇ ਰੋਕਣ ਪਾਇਆ ਮੈਂ ਇੱਕ ਜੁਮਲਾ ਪੜ੍ਹਨਾ ਐਸੀ ਰਵਾਇਤ ਪੜ੍ਹਦੇ ਨਾ ਇਹਨਾਂ ਦੋ ਮਿੰਟ ਲੈ ਗਏ ਮੇਰੇ ਕੋਲ ਐਸੀ ਰਵਾਇਤ ਪੜ੍ਹਦੇ ਨੇ ਜਿਹੜੀ ਰੋਜ਼ੇ ਵਿੱਚ ਪੜ੍ਹੀ ਜਾਏਗਾ ਰੋਜ਼ਾ ਠੀਕ ਹੈ ਤੁਹਾਨੂੰ ਪਤਾ ਮਾਸੂਮ ਮੈਂ ਘਰ ਤੋਂ ਮਨਸੂਬ ਕਰੀਏ ਰੋਜ਼ਾ ਬਾਤ ਹੋ ਜਾਂਦਾ ਇਸ ਵਾਸਤੇ ਮੁਤਾਜ ਹੋ ਗਏ ਮੈਂ ਇਸ ਪੜ੍ਹੀ ਦੀ ਰਮਜ਼ਾਨ ਚ ਇਸ ਵਾਸਤੇ ਮੈਂ ਕਰਵਾਇਆ ਉਹ ਵੀ ਇੱਕ ਫਿਕਰਾ ਤਾਬੂਤ حضرت انی رمضان مبارک اثر لگی میں حضرت علی المومنین نے کر کر حضرت علی عبد الرحمن ابن مجم کئی بار امیوں کے سامنے آیا ایک جمعے نو آندا سی تے علی ویکھ کے رو گیا ਇੱਕ ਵਾਰੀ ਬਾਜ਼ਾਰ ਜਾਂਦਾ ਸੀ ਤੇ ਅਲੀ ਅਲੈਹਿਸਸਲਾਮ ਦੀ ਨਜ਼ਰ ਪਈ ਤੇ ਰੋ ਇਸ ਗੱਲ ਤੇ ਨਜ਼ਰ ਸੀ ਹਜ਼ਰਤ ਮਾਲਕ ਦੇ ਅਸ਼ਰ ਇੱਕ ਵਾਰੀ ਮੈਂ ਮੈਦਾਨ ਚ ਜਾਂਦੇ ਸੀ ਤੋਂ ਕੀ ਗੁਜ਼ਰਿਆ ਅਬਦੁਲ ਕਲਾਮ ਤੇ ਅਲੀ ਕੋ ਕੱਲਿਆ ਬੈਠੇ ਸਨ ਤੇ ਮਾਲਕ ਦੇ ਅਸ਼ਰ ਫਰਮਾਨ ਨੂੰ ਮੌਲਾ ਇਹ ਕੌਣ ਹੈ ਜਿਹਨੂੰ ਵੇਖ ਕੇ ਬੜਾ ਰਾਸਦਾਰ ਸੀ ਬੜਾ ਆਰਿਫ ਸੀ ਜਿਹਦਾ ਨਾਮ ਮਾਲਕ ਦੇ ਅਸ਼ਰ ਅਮੀਰ ਮੋਮਨੀਨ ਜੀ ਨੂੰ ਆਪਣੇ ਰਾਜ ਦੱਸਣ ਵਾਸਤੇ ਪਸੰਦ ਕਰਨ ਦਾ ਕੈਸਾ ਇਨਸਾਨ ਸੀ ਹਜ਼ਰਤ ਮਾਲਕ ਇਸ਼ਤਰ ਨੂੰ ਮੌਲਾ ਫਰਮਾਨ ਮਾਲਕ ਦੇ ਮਨ ਦੱਸਾ ਇਹ ਮੇਰਾ ਕਾਰ ਹੈ ਇਹ ਮੇਰੀ ਇਸ ਦਾੜੀ ਨੂੰ ਮੁੰਚ ਰਜੀਨ ਕਰ ਦੇ ਮਾਲਕ ਹਲਾਲ ਨੂੰ ਕੁਛ ਦਿਨ ਮੌਲਾ ਮਾਉ ਤਿਹਾਰ ਇਨਸਾਨ ਨੂੰ ਆਉਂਦੀ ਤੇ ਤੁਸੀਂ ਵੇਖ ਕੇ ਰੋਂਦੇ ਕਿਉਂ ਮੇਰੇ ਮੌਲਾ ਫਰਮਾਨ ਦੇ ਮਾਲਕ ਤੁਝੇ ਵੀ ਸ਼ੱਕ ਪੜ ਗਿਆ ਕਿ ਮੈਂ ਮੌਤ ਸੇ ਡਰਦਾ ਮੈਂ ਮੈਂ ਕਈ ਵਾਰ ਤੁਹਾਨੂੰ ਇਹ ਕਿਹਾ ਹੈ ਅਲੀ ਮੌਤ ਪਿਆ ਹੈ ਜਾਂ ਮੌਤ ਅਲੀ ਪਿਆ ਹੈ ਜਬ ਮਰੇਗੀ ਮੌਤ ਮਰੇਗੀ ਅਲੀ ਨਹੀਂ ਮਰੇਗਾ ਤੂੰ ਕਿਉਂ ਮੈਨੂੰ ਫਰਮਾਇਆ ਮੈਂ ਸੋਚ ਵੀ ਨਹੀਂ ਸਕਦਾ ਬਾਬਾ ਕਿ ਤੁਸੀਂ ਮੌਤ ਤੋਂ ਡਰਦੇ ਮੈਂ ਤਾਂ ਸਿਰਫ ਪੁੱਛਿਆ ਨੂੰ ਵੇਖ ਕੇ ਰੋਂਦੇ ਕਿਉਂ ਇੱਕੋ ਜੁੱਤਾ ਜਿਸੇ ਵਿੱਚ ਆ ਗਿਆ ਤਾਂ ਦੋ ਜੁੱਲੇ ਹੋਣੇ ਪੜ ਦਿੰਦਾ ਹਜ਼ਰਤ ਅਲੀ ਦਾ ਮੈਂ ਮਸਲੂਮੀ ਆਖਾਂ ਗਰੀਬਰੀ ਆਖਾਂ ਪਰਦੇਸ ਆਖਾਂ ਧੀਆਂ ਦਾ ਖਿਆਲ ਆਖਾਂ ਕੀ ਆਖਾਂ ਮੇਰੇ ਮੌਲਾ ਫਰਮਾਨ ਇੱਕ ਵਾਰੀ ਮੈਨੂੰ ਪੁੱਛ ਪੁੱਛਿਆ ਜਾਏ ਆਂਦਾ ਮੌਲਾ ਤੁਸੀਂ ਮੌਤ ਤੋਂ ਕਤਾਰ ਨਾ ਡਰ ਸਕਦੇ ਸਿਰਫ ਪੁੱਛਣਾ ਇਸ ਕਾਤਿਲ ਨੂੰ ਵੇਖ ਕੇ ਰੋਂਦੇ ਕਿਉਂ ਇੱਕੋ ਜੁੱਤਾ ਮੇਰੇ ਮੌਲਾ ਨੇ ਫਰਮਾਇਆ ਮੌਲਾ ਤੁਹਾਡੇ ਵੇੜੇ ਮਾਤਾ ਕੇ ਮੌਲਾ ਫਰਮਾਨ ਦੇ ਮਾਲਕ ਮੌਤ ਦੇ ਡਰ ਤੋਂ ਕਿਉਂ ਹੁੰਦਾ ਮੇਰਾ ਰੋਣ ਇਸ ਵਾਸਤੇ ਨਿਕਲ ਜਾਂਦਾ ਈਦ ਕਰੀਬ ਹੈ ਤੇ ਜ਼ੈਨਬ ਦਾ ਦੇਸ ਮੌਲਾ ਤੁਹਾਨੂੰ ਬਾਦ ਕੇ ਸਦਕੇ ਜਾਵਾਂ ਮੌਲਾ ਤੁਹਾਨੂੰ ਕਿਸੇ ਗੱਲ ਦੀ ਨਾ ਰੋਏ 21 ਰਮਜ਼ਾਨ ਨੂੰ ਪੈ ਕੇ ਪੁਰਸਾ ਸੇ ਸਲਾ ਦਿਓ ਅੱਲਾਹ ਤੋਂ ਦੀ ਆਵਾਜ਼ਾਂ ਤੇ ਰਹਿਮ ਕਰੇ ਕਮ ਸੇ ਕਮ ਕਿਬਲਾ ਮੈਂ ਨਮਾਜ਼ ਪੜ੍ਹ ਪੜ੍ਹ ਕੇ ਕਦੀ ਅੱਲਾਹ ਦੇ ਸਾਹਮਣੇ ਬਾਰ ਬਾਰ ਪੇਸ਼ ਨਹੀਂ ਕੀਤੀ ਜਿੱਦਿਆਂ ਨਮਾਜ਼ੀਆਂ ਚ ਸਾਨੂੰ ਰੱਬ ਵੀ ਮੌਜੂਦ ਹੋਵੇ ਮੈਂ ਕਿਹੜੀ ਨਮਾਜ਼ ਵਖਾਵਾਂ ਰੋਜ਼ਾ ਰੱਖ ਕੇ ਮੈਂ ਪੇਸ਼ ਨਹੀਂ ਮੌਜੂਦ ਕੀਤਾ ਇਸ ਵਾਸਤੇ ਤੇ ਰੋਜ਼ਾਦਾਰਾਂ ਵਿੱਚ ਅਲੀ ਮੌਜੂਦ ਦੇ ਹੱਜ ਪੇਸ਼ ਬਹਿ ਕੇ ਮੈਂ ਆਪਣਾ ਜਿਹਦਾ 25 ਹੱਜ ਹੱਜ ਇਮਾਮ ਹੁਸੈਨ ਪੈਦਾ ਕੀਤੇ ਔਰ ਸਾਡੇ ਵਰਗੇ ਬੰਦੇ ਕਿ ਰੋਜ਼ਾ ਕਮਜ਼ੋਰ ਹੈ ਸਾਡੀ ਨਮਾਜ਼ ਕਮਜ਼ੋਰ ਹੈ ਸਾਡਾ ਹੱਜ ਕਮਜ਼ੋਰ ਹੈ ਕਈ ਕਮਜ਼ੋਰੀਆਂ ਵਿੱਚ ਨੇ ਜਿਹੜੀ ਸ਼ਾਇਦ ਅੱਲਾਹ ਦੇ ਸਾਹਮਣੇ ਪੇਸ਼ ਕਰਦਾ ਹੋਣਾ ਉਹ ਮੈਂ ਮਾਣ ਨਾਲ ਕਰਨਾ ਤੇ ਫਖਰ ਨਾਲ ਕਰਨਾ ਕਰਨੀ ਇਬਾਦਤ ਜ਼ਰੂਰ ਹੈ ਆਪਣੇ ਜੋਗੇ ਜਿੰਨੇ ਜੋਗੇ ਕਰਾਂਗੇ ਜ਼ਰੂਰ ਲੇਕਿਨ ਪੇਸ਼ ਹੀ ਕਰਾਂਗੇ ਮੌਲਾ ਤੂੰ ਬੇਨਿਆਜ਼ ਹੈ ਤੂੰ ਅਕਬਰ ਹੈ ਤੂੰ ਸੁਭਾਨ ਹੈ ਤੂੰ ਸਾਡੀ ਇੱਚੀ ਇੱਚੀ ਤੋਂ ਵਾਕਿਫ ਹੈ
تین کیڑی بات پر ایک ناز ہے وہ ناز پر پیش کرنا فخر ہے فخر پر پیش کرنا آج کی دیوان ہے نو دن بعد کی دے پورے جہنوں تو جاننا ہے سارے جہان کے لئے تنیا شاپے کر دیا پھر دیا سادیا مجلس لمدہ ہو جاتا سارے جہان دے موندے موٹر سکرہ تے چڑھے گئی دے روح دے روح دے روح دے اے اندر نے آج شاہد کی مجلس سے اتھے گئے تے کھا گئے تھے تے پرسوں سے تھے میرا یقین عید والے تیڑے بھی میرے مجلس رکھا جاتے بندے ہوتے بھی آیا تے ہونا دے روح نہیں نا میرے عزیز دوستو چچے کپڑے پڑا نبی دی سنت ہے خوشبو لانا نبی دی سنت ہے وال پڑا نبی دی سنت ہے پٹھی چ شے پرانی بڈڑی نبی دی سنت ہے ساری سنت کر لیا جائے مہربانی کرو جی کر لیا جائے تیاں دے سر جمعے دے پتراں دے منہ چوم لے بھڑا نو عید بھیجیا جائے تیاں نو عید بھیجیا جائے ایک مہربانی کرنا عید والے دن اچھے کپڑے بھی پانا خوشبو بھی لانا اے ساری نبی دی سنت نے ایک مہربانی کریا جائے اگا دارو تے خوشبو عید والے دن بی بی زینب نو نہ بھولے جدو میں شہادت حضرت علی پڑھنا جدو شہادت حضرت علی نے جملے پڑھنا میں کربلا کا مظلوم بڑا یاد آتا پتہ نہیں کہ وہ تو ہم بھی حاضر ہیں اس واسطے کہ تم سے نہ ڈرنا ہے تو میں بھی رونا ہے میں تھوڑے رونے چکر روڈ پہ شاہ کرنا اجتماعی رونے چ پتہ نہیں میرا آنسو بھی تھوڑے آنسو کی وجہ تو قبول ہو جائے صرف میں ایک گل کا جواب بول کے دو جڑے پرانے میں سب سنن والے اندر بیٹھے ہو جاتا لو حضرت علی نے منی رمضان میں کتنی ضربہ کھائی ہے سارا کا ختم منافقاں دا نہیں سی
ਬੰਦਿਆਂ ਨੂੰ ਬੜੀ ਤਕਲੀਫ ਸੀ, ਬੰਦੇ ਰੋਂਦੇ ਸਨ। ਹਜ਼ਰਤ ਅਲੀ ਦਾ ਇਮਾਮ ਹੈ, ਸਾਨੂੰ ਆਖਿਆ ਚਾਹ ਜਾ ਬੰਦਿਆਂ ਨੂੰ ਆਖ ਮੇਰਾ ਪ੍ਰਭੂ ਤੁਹਾਡਾ ਸ਼ੁਕਰੀਆ ਅਦਾ ਕਰਦਾ, ਲੇਕਿਨ ਮੇਰੇ ਬੂਹੇ ਕੋਲ ਉੱਠ ਕੇ ਜੋ ਪੈਣਾ ਸੀ ਮੈਂ ਤੁਹਾਡੀ ਹਾਲਤ ਮੇਰੇ ਬੂਹੇ ਕੋਲ ਜੋ ਪੈਣਾ ਸੀ। ਹਜ਼ਰਤ ਇਮਾਮ ਸੋਚਿਆ ਲੇਕਿਨ ਬੰਦਾ ਸਾਜੇ ਹੁਕਮਦਾਰ ਫਰਮਾਇਆ ਬਹੁਤ ਅੱਛੇ ਨੇ ਦੁਆ ਵੀ ਮੈਂ ਤਿੰਨਾਂ ਦੇ ਤੁਰ ਜਾਊਂ। ਬਾਹਰ ਆ ਕੇ ਇਮਾਮ ਹਸਨ ਫਰਮਾਉਂਦੇ ਨੇ ਮੇਰਾ ਬਾਪ ਬੰਦਾ ਮੈਂ ਰਾਜ਼ੀ ਘਰਾਂ ਨੂੰ ਤੁਰ ਜਾਊਂ। ਨੱਕ ਮਜਮੇ ਚ ਉਸ ਬੰਦਾ ਉੱਠਿਆ, ਬਨੇਰਾ ਪਤਾ ਸੀ ਹੱਥ ਮੈਂ ਖਾਂਦਾ ਸੀ, ਕਹਿਣ ਲੱਗਾ ਸਾਨੂੰ ਪਤਾ ਜੇ ਅੰਦਰ ਬਤੂਰ ਨਹੀਂ ਹੁੰਦਾ, ਸਾਨੂੰ ਪਤਾ ਹੈ ਅੰਦਰ ਮੁਹੰਮਦ ਦੀ ਨਿਵਾਸੀ, ਸਾਨੂੰ ਸਮਝ ਆ ਗਈ ਹੈ ਸਾਡੇ ਰੋਣ ਦੀ ਆਵਾਜ਼ ਪਰਦਾ ਦਾਰੀ ਤੱਕ ਆ ਰਹੀ, ਅਸੀਂ ਸੱਚੀ ਨਹੀਂ ਰੋਂਦੇ, ਸਾਡਾ ਸਾਹ ਦੀ ਆਵਾਜ਼ ਵੀ ਨਹੀਂ ਆਉਂਦੀ, ਸਾਹ ਦੀ ਆਵਾਜ਼ ਵੀ ਨਹੀਂ, ਹਾਏ ਦੀ ਆਵਾਜ਼ ਵੀ ਨਹੀਂ ਆਏਗੀ। ਇੱਕ ਵਾਰੀ ਕਰੀਬ ਪਿਓ ਨੂੰ ਆਪ ਸਾਨੂੰ ਬੈਠ ਦੀ ਇਜਾਜ਼ਤ ਦੇਵੇ, ਸਾਰਾ ਤਗੜਾ ਉਜੜਦਾ ਦੇਖ ਕੇ ਕਿਹੜੇ ਘਰ ਜਾਈਏ, ਕਿਹੜੇ ਪਾਸ ਦੇ ਘਰ ਜਾਈਏ, ਕਿਹੜੇ ਪਾਸ ਦੇ ਘਰ ਜਾਈਏ, ਆਈਏ ਈਦ ਕਰੀਏ, ਕਿਹੜੀ ਜਾ ਕੇ ਖੁਸ਼ੀ ਕਰੀਏ। ਅਸਰ ਜਮੀਰ ਨੂੰ ਇਮਾਮ ਹਸਨ ਜਾ ਕੇ ਆਖਿਆ ਮੋਮਨ ਬਿਆਨ ਕਰੇ ਸਾਨੂੰ ਬੈਠ ਦੀ ਇਜਾਜ਼ਤ ਦਿਓ, ਸਾਡੇ ਰੋਣ ਦੀ ਆਵਾਜ਼ ਨਹੀਂ ਆਉਂਦੀ। ਅਮੀਰ ਦਾ ਜੰਗਲਾ ਸੁਣੋ ਮੈਨੂੰ ਕਾਬੂ ਕਰ ਕਰੇ, ਮੇਰੇ ਮੌਲਾ ਪਰਮੰਦ ਨੇ ਹਸਨ ਬੇਟਾ ਤੁਹਾਨੂੰ ਆਪ ਉੱਚੀ ਰੋਣ ਦੀ ਗੱਲ ਨਹੀਂ, ਮੇਰੀਆਂ ਨੀਂਦਾਂ ਕਦੇ ਇੰਨਾ ਰਸ਼ ਸਲਾਮਤ ਹੁੰਦੇ ਹੋ ਮਹਿਮਾਨੋ, ਜਨਾਜ਼ਾ ਤਿਆਰ ਹੈ, ਪਿੰਡ ਪਿੰਡ ਤੋਂ ਆਏ ਪ੍ਰਾਹੁਣੇ ਹੋ, ਜਨਾਜ਼ਾ ਤਿਆਰ, ਜਨਾਜ਼ੇ ਨਾਲ ਬੰਦੇ ਕੱਪੜੇ ਵੀ ਫੜਦੇ ਨੇ, ਜਨਾਜ਼ੇ ਨਾਲ ਬੰਦੇ ਮੂੰਹ ਤੇ ਮੁਕਟ ਵੀ ਲੈਂਦੇ ਨੇ, ਜਨਾਜ਼ੇ ਨਾਲ ਬੰਦੇ ਸ਼ਕਤੀ ਮਾਰ ਦਿੰਦੇ, ਜਨਾਜ਼ੇ ਨਾਲ ਬੰਦੇ ਚੁੱਪ ਕਰਕੇ ਵੀ ਜਾਂਦੇ ਨੇ, ਜਨਾਜ਼ੇ ਨਾਲ ਬੰਦੇ ਵੇਸਕੋਟਾ ਪਾ ਕੇ ਵੀ ਐਮਪੀਏ ਜਾਂਦੇ ਨੇ, ਜਨਾਜ਼ੇ ਨਾਲ ਬੰਦੇ ਬਾਜ਼ਾਰੋਂ ਤੇ ਵੀ ਜਾਂਦੇ ਨੇ, ਪਰਾਡੋ ਤੇ ਵੀ ਜਾਂਦੇ ਨੇ, ਜਨਾਜ਼ੇ 'ਚ ਬੰਦੇ ਸਾਰੇ ਮਿੱਟੀ ਨਹੀਂ ਪਾਉਂਦੇ, ਕੋਈ ਜਨਾਜ਼ਾ ਫੜ ਕੇ ਵੀ ਆ ਜਾਂਦੇ। ਹਾਂ ਇੱਕ ਗੱਲ ਸਿਰ 'ਚ ਰੱਖਿਆ ਜੀ, ਧੀ ਨੂੰ ਕੋਈ ਦੱਸੇ ਨਾ ਭਾਵੇਂ ਕਿਸੇ ਮਿੱਟੀ ਪਾਈ ਹੋਵੇ ਤੇ ਨਾ, ਭਾਵੇਂ ਉਹ ਮੋਇਆ ਹੋਵੇ ਤੇ ਭਾਵੇਂ ਨਾ, ਧੀ ਨੂੰ ਕੋਈ ਦੱਸੇ ਨਾ ਉਹ ਵੀ ਆਇਆ ਸੀ, ਉਹ ਵੀ ਆਇਆ ਸੀ, ਉਹ ਦੁਆ ਜ਼ਰੂਰ ਦਿੱਤੀ ਆ ਗਈ ਫਲੋ ਨੂੰ, ਮੇਰੇ ਪਿਓ ਦੇ ਜਨਾਜ਼ੇ ਤੇ ਉਹ ਵੀ ਆਇਆ ਸੀ। ਕੋਈ ਸ਼ੀਆ ਤਾਂ ਭਾਵੇਂ ਹਲੇ ਸੁਣ ਤੇ ਜਿਹੜੇ ਆਏ ਉਹਨਾਂ ਜ਼ਹਰਾ ਦੀ ਧੀ ਨਾਲ ਵੀ ਜਿਹੜੇ ਜਨਾਜ਼ੇ ਸ਼ਾਮਿਲ ਹੋ ਗਏ ਮੁਹੰਮਦ ਦੀਆਂ ਨਿਵਾਸੀਆਂ ਨਾਲ ਵੀ ਜੇ ਆਖਰੀ ਜੁਮਲਾ ਪੜ੍ਹਨਾ ਹਜ਼ਰਤ ਅਲੀ ਅਲੈਹਿਸ ਸਲਾਮ ਦੇ ਸਾਹਮਣੇ ਬੀਬੀ ਜ਼ੈਨਬ ਇਮਾਮ ਹਸਨ ਦੇ ਪਿੱਛੇ ਖਲੋਤੇ ਨੇ, ਹਜ਼ਰਤ ਅਲੀ ਦਾ ਆਖਰੀ ਵੇਲਾ ਤੇ ਇਮਾਮ ਹਸਨ ਦੇ ਪਿੱਛੇ, ਹਜ਼ਰਤ ਅਲੀ ਨੇ ਫਰਮਾਇਆ ਹਸਨ ਬੇਟਾ ਮੇਰੇ ਤੇ ਮੇਰੀ ਧੀ ਦਾ ਰਾਹ ਛੱਡ ਦੇ। ਹਜ਼ਰਤ ਇਮਾਮ ਹਸਨ ਦੀਆਂ ਅੱਖਾਂ 'ਚ ਤੂਫਾਨ ਹੰਝੂਆਂ ਲਵੇ ਕੇ ਮੇਰੇ ਮੌਲਾ ਫਰਮਾਉਂਦੇ ਨੇ ਸੁਣਨਾ ਮੈਂ ਤੈਨੂੰ ਆਨਾ ਮੇਰਾ ਤੇ ਮੇਰੀ ਧੀ ਦਾ ਰਾਹ ਛੱਡ, ਪਿੱਛੇ ਹੋ ਜਾ ਹਸਨ, ਜ਼ੈਨਬ ਬੀਬੀ ਨੂੰ ਮੇਰੇ ਸਾਹਮਣੇ ਆਉਣ ਦੇ। ਹਜ਼ਰਤ ਇਮਾਮ ਹਸਨ ਰੋ ਪਏ ਤੇ ਫਰਮਾਉਂਦੇ ਗੌਣ ਦੀ ਵਜ੍ਹਾ ਦੱਸਿਆ, ਹਜ਼ਰਤ ਇਮਾਮ ਹਸਨ ਫਰਮਾਉਂਦੇ ਨੇ ਬਾਬਾ ਇਸ ਵੇਲੇ ਮੇਰੀ ਪੈਰ ਦਾ ਮੱਥਾ ਮੇਰੀ ਕੰਢ ਨਾਲ ਜੁੜਿਆ ਹੈ, ਜੇ ਮੈਂ ਹਟਾਂਗਾ ਤਾਂ ਮੇਰੀ ਖੀਰਾ ਡਿੱਗ ਨਾ ਪੈਣਾ। ਜਦੋਂ ਆਖਿਆ ਤਾਂ ਅੱਜ ਮੱਥਾ ਇੱਥੇ ਰੱਖਿਆ ਤੇ ਬੀਬੀ ਪਰਮੰਦਰ ਨੇ ਅੱਜ ਮੱਥਾ ਬੀਬੀ ਦਾ ਹਜ਼ਰਤ ਅਲੀ ਹਟਵਾਇਆ, ਉਸ ਰੋਜ਼ ਕਿਵੇਂ ਹਟਵਾਇਆ। ਹਜ਼ਰਤ ਅਲੀ ਫਰਮਾਉਂਦੇ ਨੇ ਬੀਬੀ ਜ਼ੈਨਬ ਨੂੰ, ਬੇਟੀ ਮੇਰਾ ਆਖਰੀ ਵੇਲਾ ਹੈ, ਮੈਂ ਥੋੜੇ ਜਿਹਾ ਵਕਤ ਦਾ ਮਹਿਮਾਨ ਹਾਂ। ਬੀਬੀ ਮੱਥਾ ਚੁੱਕ ਕੇ ਫਰਮਾਉਂਦੀ ਹੈ ਵੀਰ ਹਟ ਜਾ ਮੈਂ ਜਦੀਬ ਹੋ ਜਾਂਦੀ ਹਾਂ। ਜਿਹੜੇ ਵੇਲੇ ਇਮਾਮ ਹਸਨ ਅਲੀ ਨੇ ਬੀਬੀ ਜ਼ੈਨਬ ਸਾਹਮਣੇ ਆਏ ਨੇ ਚੁੰਮਣਾ ਆਖਰੀ ਹੈ, ਬੀਬੀ ਫਰਮਾਉਂਦੇ ਨੇ ਜੀ ਬਾਬਾ ਆਵਾਜ਼ ਆਉਂਦੀ ਇੱਕ ਵਾਰੀ ਪਰਦਾ ਉਠਾ ਕੇ ਉਹ ਚਿਹਰਾ ਵਖਾ ਜਿਹਨੂੰ ਨਬੀ ਪਾਕ ਨੇ ਵੇਖ ਕੇ ਆਖਿਆ ਸੀ ਹਾਜ਼ਰ ਹੀ ਜ਼ੈਨਬ, ਇਹ ਬੱਚੀ ਬਾਪ ਦੀ ਜ਼ਿੰਦਤ ਹੈ। ਇੱਕ ਵਾਰੀ ਆ ਗਈ ਮੇਰੇ ਉੱਪਰ ਬੀਬੀ ਜ਼ੈਨਬ ਚਾਦਰ ਚੱਥ ਪਾਇਆ, ਤੁਸੀਂ ਚੁੱਕਿਆ ਚਾਦਰ ਚੱਥ ਪਾ ਕੇ ਬੀਬੀ ਫਰਮਾਉਂਦੀ ਹੈ ਬਾਬਾ ਮੈਂ ਚਾਦਰ ਜ਼ਰੂਰ ਉਠਾਉਂਦੀ ਹਾਂ, ਤੇ ਤੂੰ ਮੇਰਾ ਸਿਰਫ ਬਾਪ ਨਹੀਂ, ਤੂੰ ਤੂਲ ਅਮਦ ਵੀ, ਮੇਰਾ ਇਮਾਮ ਵੀ, ਤੂੰ ਬਸੀ ਹੈ ਰਸੂਲ ਵੀ, ਉੱਚਤ ਖੁਦਾ ਦੀ ਹੈ, ਤੇਰਾ ਅੰਤ ਵਾਜਬ ਹੈ ਬਾਬਾ ਆਹ ਪਰਦਾ ਤੇ ਚੁੱਕ ਲਈ ਹੈ। ਉਂਝ ਵੇਖ ਗਾਓ ਅੱਬਾਸ ਵੀ ਸਾਹਮਣੇ, ਹਸਨ ਵੀ ਸਾਹਮਣੇ, ਹੁਸੈਨ ਵੀ ਸਾਹਮਣੇ, ਮੁਹੰਮਦ ਵੀ ਸਾਹਮਣੇ, ਰੋ ਕੇ ਅਲੀ ਫਰਮਾਉਂਦਾ ਨਾ ਵੀਰਾ ਕੋਲੋਂ ਸ਼ਰਮਾਣ ਵਾਲੀਏ, ਬਾਜ਼ਾਰਾਂ ਚੋਂ ਕਿਵੇਂ ਗੁਜ਼ਰੇਗੀ, ਦਰਬਾਰਾਂ 'ਚ ਕਿਵੇਂ ਆਵੇਗੀ। ਬੀਬੀ ਫਰਮਾਉਂਦੀ ਹੈ ਬਾਬਾ ਜਦੋਂ ਤੱਕ ਖੈਮੇ ਨਾ ਸੜੇ ਮੈਂ ਫਾਤਿਮਾ ਰਹਾਂਗੀ, ਜਦੋਂ ਖੈਮੇ ਨੂੰ ਅੱਗ ਲੱਗ ਗਈ ਮੈਂ ਅਲੀ ਬਣ ਕੇ ਬਾਹਰ ਆਵਾਂਗੀ। ਇੱਕ ਬੱਚੇ ਨੇ ਰੋਣ ਦੀ ਆਵਾਜ਼ ਆਈ ਛੋਟਾ ਸੀ, ਸਾਰੇ ਗਰੀਬ ਸਾਰਾ ਗੁਰੂਆਂ 'ਚ ਬਹਿ ਕੇ ਬਾਹਰ ਨੂੰ ਕਰਕੇ ਰੋਂਦਾ ਸੀ, ਪੁੱਛਣਾ ਮੈਂ ਸ਼ੀਆ ਕੋਲ ਹੋਇਆ ਕੌਣ ਸੀ, ਮੈਂ ਕਹਿੰਦਾ ਮੇਰੇ ਮੌਲਾ ਦੀ ਸਾਰੀ ਔਲਾਦ ਕੋਲ ਸੀ, ਇੱਕ ਮੌਲਾ ਦਾ ਬੇਟਾ ਛੋਟਾ ਉਹ ਬਾਹਰ ਦੇ ਦਰਵਾਜ਼ੇ ਵਿੱਚ ਬਾਹਰ ਨੂੰ ਕਰਕੇ ਰੋਂਦਾ, ਦੱਸੇਗਾ ਕਿ ਕੋਈ ਕੌਣ ਹੈ। ਹਜ਼ਰਤ ਅੱਬਾਸ, ਹਜ਼ਰਤ ਅੱਬਾਸ, ਹਜ਼ਰਤ ਮੁਹੰਮਦ ਨੇ ਕਈ ਵਾਰੀ ਆਖਿਆ
ਅਬਾਸ ਸਰਾ ਪਿਓ ਦਾ ਆਗ ਨਹੀਂ ਕਹਿੰਦੇ ਅਬਾਸ ਥੱਲੇ ਨਹੀਂ ਮਰ ਗਿਆ ਨਾ ਸੀ ਉੱਥੇ ਸਾਰਾ ਜਗ ਦੁਨੀਆਂ ਦੇ ਮਾਂ ਆਵਾਜ਼ ਆ ਰਹੀ ਹੈ ਇੱਕ ਜ਼ਰੂਰੀ ਐਲਾਨ ਸੁਣੋ ਇਸ ਵੇਲੇ ਪਾਕਿਸਤਾਨ ਦਾ ਟਾਈਮ ਦੇ ਮੁਤਾਬਿਕ ਅੱਜ ਕੀ ਰਮਜ਼ਾਨ ਦੇ ਮੁਸਲਮਾਨੋ